ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ੇ ਕਮ ਟੀਵੀ ਦੇ ਦਰਸ਼ਕੋ ਅੱਜ ਮੈਂ ਜਿਸ ਸ਼ਖਸੀਅਤਾਂ ਤਨੂੰ ਮਿਲਾ ਰਿਹਾ ਆ ਸਭ ਤੋਂ ਪਹਿਲਾਂ ਖੁਦ ਹੀ ਮੁਖੱਦਬ ਹੋਣਗੇ ਹਾਂਜੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥਾ ਸਿਰਲਤ ਖਾਲਸਾ ਦੇ ਮੁਖ ਸੇਵਾਦਾਰ ਦਾਸ ਦਿਲਬਾਗ ਸਿੰਘ ਜੀ ਜੀ ਤੁਹਾਨੂੰ ਕੁਝ ਆਪਣੇ ਪਿਛੋਕੜ ਬਾਰੇ ਕੋਈ ਜਾਣਕਾਰੀ ਦਿਵਾਉਣੀ ਹੈ ਕਿਉਂਕਿ ਕੁਝ ਵੀ ਰਕਮੈਂਟ ਬੜਾ ਕਰਦੇ ਜਦੋਂ ਕੋਈ ਆਪਾਂ ਗੱਲ ਕਰਦੇ ਆਂ ਕੌਮ ਦੀ ਗੱਲ ਕਰਦੇ ਆਂ ਤੇ ਉਹਨਾਂ ਬੰਦਿਆਂ ਨੂੰ ਦੱਸਣਾ ਜ਼ਰੂਰੀ ਹੁੰਦਾ ਕਿ ਸਾਡਾ ਕੌਮ ਪ੍ਰਤੀ ਕੀ ਰੋਲ ਰਿਹਾ ਜੀ ਸਾਡੇ ਜਿਹੜੇ ਪਰਦਾਦਾ ਜੀ ਹੀ ਉਹਨਾਂ ਨੂੰ ਹੋ ਗਈ ਜੇਲ ਜੀ ਇੱਥੋਂ ਕਤਲ ਹੋ ਗਿਆ ਸੁਲਤਾਨ ਮਂਡ ਕੋਈ ਚੋਰ ਹੀ ਉਹ ਤਿੰਨਾਂ ਭੈਣਾਂ ਦੀਆਂ ਜਿੱਤਾਂ ਲੁੱਟਦਾ ਸੀ ਤੇ ਡੋਲੀਆਂ ਲੁੱਟ ਲੈਂਦਾ ਸੀ ਜੀ ਸਰਦਾਰ ਮੂਲਾ ਸਿੰਘ ਸੀ ਜੀ ਪਹਿਲਵਾਨ ਰਹੇ ਸੀ ਜੀ ਉਹਨਾਂ ਨੂੰ ਜਦੋਂ ਇੱਥੇ ਕੱਲਿਆ ਜੇਲ ਤੇ ਇੱਥੋਂ ਫਿਰ ਉਹਨਾਂ ਕਾਲੇ ਪਾਣੀ ਭੇਜਦਾ ਇੱਥੇ ਮਤਲਬ ਬਹੁਤ ਜਿਆਦਾ ਮਤਲਬ ਗਰਮ ਸੀ ਜੀ ਤੇ ਇਥੋਂ ਜਦੋਂ ਕਾਲੇ ਪਾਣੀ ਭੇਜਿਆ ਤੇ ਉੱਥੇ ਮੁਸਲਮਾਨ ਉਦੋਂ ਕਾਲੇ ਪਾਣੀ ਸਿਰ ਤੇ ਪੱਗ ਨਹੀਂ ਰੱਖਣ ਦਿੰਦੇ ਅੱਛਾ ਜੀ ਸਿੱਖਾਂ ਦੇ ਸਿਰ ਤੇ ਜਾਂ ਕਿਸੇ ਵੀ ਕੌਮ ਦੇ ਦਸਤਾਰ ਨਹੀਂ ਸੀ ਦਸਤਾਰ ਨਹੀਂ ਰੱਖਣ ਦਿੰਦੇ ਜਦੋਂ ਇਹ ਗਏ ਪਹਿਲਵਾਨ ਗਏ ਉੱਥੇ ਪਹਿਲਵਾਨ ਇਹਨਾਂ ਨੂੰ ਕਹਿੰਦੇ ਸਾਡੇ ਪ੍ਰਦਾਦਾ ਜੀ ਨੂੰ ਸਰਦਾਰ ਮੋਲਾ ਸਿੰਘ ਨੂੰ ਜੀ ਜਦੋਂ ਇਹ ਉੱਥੇ ਗਏ ਤੇ ਉੱਥੇ ਫਿਰ ਜਦੋਂ ਉਹਨਾਂ ਮੁਸਲਮਾਨਾਂ ਨੇ ਕਿਹਾ ਵੀ ਤੈਨੂੰ ਸਾਡੇ ਅਸੂਲ ਦਾ ਨਹੀਂ ਪਤਾ ਜੇਲ੍ਹ ਦਾ ਜੀ ਪਿੱਛੇ ਸਿਰ ਤੇ ਪੱਗ ਜਿਹੜੀ ਆ ਪੱਗ ਨਹੀਂ ਇਹ ਰੱਖਣ ਦਿੰਦੇ ਸਾਡੇ ਸਾਹਮਣੇ ਸਿਰ ਤੇ ਪੱਗ ਨਹੀਂ ਚਾਹੀਦੀ ਕਿਸੇ ਦੀ ਜੀ ਇਹਨੇ ਕਿਹਾ ਵੀ ਅਜੇ ਤੱਕ ਕੋਈ ਮੂਲਾ ਸਿੰਘ ਦੀ ਪੱਗ ਲਾਉਣ ਵਾਲਾ ਜੰਮਿਆ ਨਹੀਂ ਜੀ ਤੇ ਜੇ ਕੋਈ ਜੰਮ ਪਿਆ ਤੇ ਉਹ ਸਾਡੇ ਸਾਹਮਣੇ ਆ ਜੀ ਬਿਲਕੁਲ ਉਹ ਦੋ ਮੁਸਲਮਾਨ ਬੜੇ ਤਗੜੇ ਸੀ ਉਹ ਜਦੋਂ ਇਹ ਕਿਤੇ ਪ੍ਰਸ਼ਾਦਾ ਲੈਣ ਡਿਆ ਤੇ ਉੱਥੇ ਉਹ ਭੱਜ ਗਏ ਜਦੋਂ ਇਹਨੂੰ ਪਹੇਦ ਨੇ ਉਹ ਦਾਲ ਵਾਲਾ ਖੁਰਪਾ ਸੀ ਉਹ ਖਿੱਚਿਆ ਜੀ ਤੇ ਦੋਵਾਂ ਨੂੰ ਇੱਥੋਂ ਵੜਤਾ ਆਉ ਲਾ ਤੇ ਉੱਥੇ ਮਾਰਦੇ ਥਾਈ ਅੱਛਾ ਜੀ ਸਰਦਾਰ ਮੂਲਾ ਸਿੰਘ ਨੇ ਜੀ ਉੱਥੇ ਉਹਨਾਂ ਦੀ ਡੈਥ ਹੋ ਗਈ ਤੇ ਬਜ਼ੁਰਗਾਂ ਨੂੰ ਮਤਲਬ ਸਾਰੀ ਉਮਰ ਭਾਰੀ ਉੱਥੇ ਰਹਿਣਾ ਪਿਆ ਉਮਰ ਪਰ ਜੇਲ੍ਹ ਦੇ ਵਿੱਚ ਹੀ ਹਾਂਜੀ ਹਾਂਜੀ ਜੀ ਜੀ ਜਦੋਂ ਰਹਿਣਾ ਪਿਆ ਤਾਂ ਫਿਰ 2 ਮਹੀਨੇ ਕਿਤੇ ਉਹ ਕਿਹ ਅੰਗਰੇਜ਼ਾਂ ਨੇ ਸੁਖਿਆ ਸੀ ਵੀ ਮੇਰੇ ਬੱਚਾ ਹੋਵੇ ਜੀ ਤੇ ਮੈਂ ਇਹਨਾਂ ਨੂੰ ਕੋਈ ਸਭ ਤੋਂ ਪੁਰਾਣਾ ਜਿਹੜਾ ਕੈਦੀ ਉਹਨੂੰ ਹਰਾ ਕਰਾਂਗੇ ਅੱਛਾ ਜੀ ਹਾਂਜੀ ਤੇ ਇਹ ਜਦੋਂ ਇਹਨਾਂ ਦੀ ਵਾਰੀ ਆਈ ਤੇ ਸਭ ਤੋਂ ਪੁਰਾਣੇ ਤੇ ਸਰਦਾਰ ਮੋਹਲਾ ਸਿੰਘ ਕਿਉਂਕਿ ਦੋ ਕਤਲ ਕੀਤੇ ਸੀ ਤੇ ਸਾਰੀ ਉਮਰ ਭਾਰੀ ਲੰਬੀ ਸਜ਼ਾ ਉਹਨਾਂ ਨੂੰ ਲੰਬੀ ਸਜ਼ਾ ਹੈ ਜੀ ਜੀ ਤੇ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਨੂੰ ਇਦਾਂ ਮਤਲਬ ਸਾਹਿਬ ਦੀ ਮੈਮ ਸਾਹਿਬ ਦੇ ਇਦਾਂ ਬੱਚਾ ਹੋਇਆ ਬਾਤੇ ਤੁਹਾਨੂੰ ਜਿਹੜਾ ਵਾ ਉਹ ਰਿਹਾ ਕੀਤਾ ਜਾਂਦਾ ਵਾ ਪਰ ਇੱਕ ਸੂਲਿਆ ਕਿ ਸਾਡੇ ਤੁਸੀਂ 2 ਮਹੀਨੇ ਤੁਹਾਨੂੰ ਪਹਿਲਾਂ ਰਿਹਾ ਕਰਦਨੇ ਤੁਸੀਂ ਇੱਕ ਮੁਠੀ ਜਿਹੜੀ ਆ ਨਾ ਕਣਕ ਦੀ ਉਹ ਵਿੱਚ ਪਾ ਦੋ ਚੱਕੀ ਦੇ ਅੱਛਾ ਜੀ ਬਜ਼ੁਰਗਾਂ ਨੇ ਕਿਹਾ ਵੀ ਸਾਰੀ ਉਮਰ ਮੈਂ ਇੱਥੇ ਕੱਢ ਲਈ ਤੇ ਤੁਹਾਡੀ ਮੰਨੀ ਨਹੀਂ ਅੱਛਾ ਜੀ ਤੇ ਹੁਣ ਜਾਣ ਲਗਾ ਦੋਹਾਂ ਮਹੀਨਿਆਂ ਕਰਕੇ ਮੈਂ ਇੱਕ ਮੁਠੀ ਜਿਹੜੀ ਕਣਕ ਦੀ ਉੱਥੇ ਤੁਹਾਡੇ ਕਰਕੇ ਪੀਸਨੇ ਪੀਸ ਜਾ ਕਹਿੰਦਾ ਦੋਹਾਂ ਦਾ 4 ਮਹੀਨਾ ਸਜ਼ਾ ਕਰੋ ਮੈਂ ਨਹੀਂ ਜਾਣਾ ਅੱਛਾ ਜੀ ਉੱਥੋਂ ਫਿਰ ਇਹਨਾਂ ਅੰਗਰੇਜ਼ਾਂ ਹੱਸ ਵੀ ਜਿਹੜੀ ਸਾਹਬ ਦੀ ਘਰ ਦੀ ਸੀ ਕਹਿੰਦੀ ਨਹੀਂ ਇਹ ਬਜ਼ੁਰਗਾਂ ਨੂੰ ਛੁੱਟੀ ਦੇ ਦੋਣ ਤੁਸੀਂ ਉੱਥੋਂ ਫਿਰ ਇਹਨਾਂ ਨੂੰ ਇਹਨਾਂ ਮੁੱਠ ਦਾਣੇ ਨਹੀਂ ਪਾਈ ਜਿਹੜਾ ਸੂਲ ਸੀ ਦੇ ਇਹ ਉੱਥੋਂ ਨਿਕਲਾਈ ਉਹਨਾਂ ਤੋਹਫੀ ਨਹੀਂ ਮੰਨੀ ਹਾਂਜੀ ਹਾਂਜੀ ਇਹਨਾਂ ਨੇ ਆ ਕੇ ਚਲੋ ਬਾਅਦ ਚ ਐਕਸੀਡੈਂਟ ਹੋ ਗਿਆ ਉਹ ਮੈਂ ਥੋੜਾ ਥੋੜਾ ਮੋਟਾ ਮੋਟਾ ਤੁਹਾਨੂੰ ਦੱਸਣਾ ਚਾਹੁੰਦਾ ਫਿਰ ਆ ਕੇ ਸਾਡੇ ਦਾਦਾ ਜੀ ਦੀ ਵਾਰੀ ਜੀ ਦਾਦਾ ਜੀ ਅੰਗਰੇਜ਼ਾਂ ਵਾਲੇ ਜਦੋਂ ਆਪਣਾ ਜੱਲਿਆਂ ਵਾਲੇ ਬਾਗ ਦੇ ਵਿੱਚ ਕਾਂਡ ਹੋਇਆ ਜੱਲਿਆਂ ਵਾਲੇ ਹਾਂਜੀ ਇਹ ਬਾਪੂ ਸ਼ੰਗਾਰਾ ਸਿੰਘ ਜੀ ਨਾਂ ਨੇ 1911 ਦੀ ਗੱਲ ਹੈ 13 April ਦੀ ਹਾਂਜੀ ਹਾਂਜੀ ਇਹ ਉੱਥੇ ਜੀ ਜਦੋਂ ਮਤਲਬ ਇੱਕ ਤਾਰਾ ਸਿੰਘ ਹੀ ਦੋ ਜਣੇ ਹੋਰ ਹੀ ਨਾਲ ਇਹ ਜਦੋਂ ਸੁਲਤਾਨ ਮੈਦਾਨ ਦੇ ਉੱਥੇ ਗਏ ਅੰਗਰੇਜ਼ਾਂ ਨੇ ਇੱਕ ਦਮ ਜਿਹੜਾ ਇੱਕ ਮਹਮ ਇਕੱਠੀ ਹੋਈ ਸੀ ਤੇ ਇੱਕ ਦਮ ਜਦੋਂ ਅਟੈਕ ਕੀਤਾ ਤੇ ਇਹਨਾਂ ਤੇ ਗੋਲੀ ਇੱਥੇ ਵੱਜੀ ਜੀ ਇੱਕ ਇਹਨਾਂ ਦੇ ਨਾਲ ਦਾ ਸਾਥੀ ਉੱਥੇ ਮਾਰਿਆ ਗਿਆ ਜੀ ਇਹ ਫਿਰ ਉੱਥੋਂ ਨਿਕਲਾ ਇਹ ਫਿਰ ਬਾਅਦ ਦੇ ਵਿੱਚ ਇਹਨਾਂ ਵੱਡ ਫੱਟ ਮੁਸਲਮਾਨਾਂ ਨਾ ਵੀ ਤੇ ਦੂਜੇ ਵੀ ਜਿਹੜੇ ਆ ਉਹ ਜਿਹੜੀ ਜੋਤ ਜਿੱਦਾਂ ਚੱਲਦਾ ਸੀ ਮਾਹੌਲ ਜੀ ਅੰਗਰੇਜ਼ਾਂ ਨਾਲ ਜੋ ਮਤਲਬ ਹੋਇਆ ਉਦੋਂ ਉਹ ਮੌਲ ਤੇ ਇਹਨਾਂ ਉਸ ਟਾਈਮ ਤੇ ਵੀ ਜਿਹੜਾ ਯੋਗਦਾਨ ਜਿਹੜਾ ਅਸੀਂ ਇਹ ਦੇਸ਼ ਜਾਦ ਕਰਾਉਣ ਤੇ ਵੀ ਸਾਡੀ ਕੌਮ ਨੇ ਪਾਇਆ ਦੇਸ਼ ਦੀ ਆਜ਼ਾਦੀ ਦੇ ਜਿਹ ਸੰਘਰਸ਼ ਵਿਹਾਜ ਹਾਂਜੀ ਕੌਮ ਪ੍ਰਤੀ ਵੀ ਜਿਹੜੀ ਪੱਕਤੀ ਰਸਮ ਉਹ ਵੀ ਸਾਡੇ ਬਜ਼ੁਰਗਾਂ ਨੇ ਉਦੋਂ ਨਿਭਾਈ ਪਰਦਾਦੇ ਦਾਦੀ ਤੋਂ ਚੱਲਦੀ ਹੁੰਦੀ ਹੈ ਹਾਂਜੀ ਬਾਅਦ ਚ ਆ ਗਈ ਸਾਡੇ ਪਿਤਾ ਜੀ ਦੀ ਵਾਰੀ ਜੀ ਪਿਤਾ ਜੀ ਇਹ ਮਾਹੌਲ ਦੀ ਗੱਲ ਹੈ ਹੁਣ ਪਿਤਾ ਜੀ ਦੀ ਵਾਰੀ ਆਈ ਤੇ ਪਿਤਾ ਜੀ ਜਿਹੜੇ ਆ ਉਹ ਐਦਾਂ ਮਾਹੌਲ ਆਇਆ ਸਾਡੇ ਆਪਣਾ ਪੰਜ ਜੀ ਸ਼ਹੀਦ ਦੇ ਪਰਿਵਾਰ ਦੇ ਅੱਛਾ ਜੀ ਹਾਂਜੀ ਇੱਕ ਦਾਦੇ ਪਿਤਾ ਜੀ ਹੈ ਇੱਕ ਬ੍ਰਦਰ ਵੱਡਾ ਜੀ ਤੇ ਦੋ ਤਾਂ ਇਹਦੇ ਲੜਕੇ ਇੱਕ ਚਾਚਾ ਜੀ ਆ ਜੀ ਤੇ ਇੱਕ ਤਰੀਕੇ ਦੇ ਵਿੱਚ ਸਾਡੇ ਪਰਿਵਾਰ ਹੀ ਹੋ ਗਿਆ ਸਾਡਾ ਜੀ ਤੇ ਇਹ ਜਿਹੜੇ ਆਪਣਾ ਮਾਹੌਲ ਜਦੋਂ ਪੰਥ ਕਮੇਟੀ ਮੈਂਬਰ ਭਾਈ ਹਰਮਿੰਦਰ ਸਿੰਘ ਹੋਇਆ ਜੀ ਉਹ ਜਦੋਂ ਹੋਇਆ ਉਹਨਾਂ ਨੇ ਫਿਰ ਕਬਲਜੀਤ ਸਿੰਘ ਜਿਹੜਾ ਹਰਜਾਬ ਦੇ ਭਰਾ ਸੀ ਜੀ ਕਬਲਜੀਤ ਸਿੰਘ ਹਾਂਜੀ ਹਾਂਜੀ ਜੇ ਸੁਲਤਾਨਵੰਡਾ ਹਾਂ ਸੁਲਤਾਨਵੰਡਾ ਹਾਂਜੀ ਉਹਨਾਂ ਨੇ ਆਇਆ ਤੇ ਉਹਨਾਂ ਨੇ ਆ ਕੇ ਫਿਰ ਭਾਈ ਸਰਦਾਰ ਪਿਆਰਾ ਸਿੰਘ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਕੌਮ ਦੇ ਨਾਲ ਚੱਲੋ ਜੀ ਇਹਨਾਂ ਨੂੰ ਫਿਰ ਕਮਾਂਡੋ ਫੋਰਸ ਦੀ ਮਾਂ ਕਹਿੰਦੇ ਜੀ ਜਦੋਂ ਮਾਹੌਲ ਦੇ ਵਿੱਚ ਚੱਲੇ ਫਿਰ ਇਹਨਾਂ ਦੇ ਜਦੋਂ ਟਾਈਮ ਆਇਆ ਤੇ ਟਾਈਮ ਆਏ ਦੇ ਇਥੋਂ ਮਥਰਾ ਫੜਿਆ ਗਿਆ ਸਾਡੇ ਜੀ ਗਿਆਨ ਸਿੰਘ ਆ ਆਪਣਾ ਰਾਮਪੁਰੇ ਦੇ ਜੀ ਉਹਨਾਂ ਦੇ ਘਰੋਂ ਮਥਰਾ ਫੜਿਆ ਗਿਆ ਤੇ ਉਹਨਾਂ ਕਿਤੇ ਬੋਲ ਪਿਆ ਇਥੋਂ ਕਿਤੇ ਹਥਿਆਰ ਲੈ ਕੇ ਗਿਆ ਸੀ ਜੀ ਤੇ ਉਹ ਬੋਲ ਪਿਆ ਉਹਨੇ ਫਿਰ ਇੱਥੇ ਆ ਗਏ ਜਦੋਂ ਮੌਕੇ ਤੇ ਸਾਡੇ ਘਰੋਂ ਆਗੇ 47 ਕਾਫੀ ਫੜੀਆਂ ਗਈਆਂ ਜੀ ਇਹ ਕੇ 47 ਫੜੀਆਂ ਵਿੱਚ ਪਿਤਾ ਜੀ ਨੂੰ ਲੈ ਕੇ ਇੱਥੋਂ ਸਾਡੇ ਸਾਹਮਣੇ ਇੱਥੇ ਪਹਿਲਾਂ ਇਹ 1978 ਤੋਂ ਬਾਅਦ ਸਿੱਖ ਸੰਘਰਸ਼ ਹੈ ਉਹਦੀ ਗੱਲਬਾਤ ਹੋ ਰਹੀ ਹੈ। ਆ ਨਹੀਂ ਨਹੀਂ 84 ਤੋਂ ਬਾਅਦ 84 ਹਾਂ ਜੀ ਜੀ 84 ਬੋਲਦੇ ਨਾ ਇਹ ਹਾਂ ਜੀ ਇਹ 84 ਤੋਂ ਬਾਅਦ ਜੋ ਸੰਤ ਸ਼ਹੀਦ ਹੋਏ ਉਹਦੋਂ ਇਹ ਲੇਅਰ ਦੇ ਵਿੱਚ ਸੰਭਲੋਗੇ। ਇਹ ਲੇਅਰ ਹਾਂ ਜੀ ਫਿਰ ਇਹਨਾਂ ਨੇ ਜਦੋਂ ਇੱਥੇ ਸਾਡੇ ਸਾਹਮਣੇ ਟੰਗ ਕੇ ਸਾਨੂੰ ਸਾਰਿਆਂ ਪੰਜਾਂ ਬੱਚਿਆਂ ਨੂੰ ਲੈਨ ਸਰ ਬਾਤਾ ਜੀ ਸਾਡੇ ਸਾਹਮਣੇ ਟੰਗੇ ਪਿਤਾ ਜੀ ਨੂੰ ਦੋ ਵਾਂਸਲੇ ਜੀ ਵਾਂਸਾਂ ਦੇ ਉੱਤੇ ਪਿੱਛੇ ਮਾਵਾਂ ਬਧੀਆਂ ਜੀ ਬਾਵਾ ਬੰਨ ਕੇ ਪਿਛਲੇ ਬੰਨੇ ਤੇ ਸ਼ਰੇ ਆਮ ਫਿਰ ਇੱਥੇ ਡਾਂਗਾ ਫਸਲੀਆਂ ਦੇ ਵਿੱਚ ਜਿੱਥੇ ਵੱਜੀ ਮਾਰੀ ਉਹਨਾਂ ਅੱਛਾ ਜੀ ਉਹਨਾਂ ਕਹਿੰਦੇ ਜੋ ਕੁਝ ਹੈਗਾ ਉਹ ਵੀ ਦੱਸ ਦੋ ਜੀ ਪਿਤਾ ਜੀ ਨੇ ਕੁਝ ਬੋਲੇ ਇਹ ਹੂ ਹਾਨ ਵੀ ਨਾ ਕੋਈ ਕੀਤਾ ਅਗੇ ਵੀ ਹਾਨ ਵੀ ਕੀਤਾ ਵੀ ਮੇਰੇ ਸੱਟ ਲੱਗਦੀ ਹੈ ਜੀ ਸਾਡੇ ਸਾਹਮਣੇ ਦੀ ਗੱਲ ਆ ਜੀ ਉਹ ਮੋਲ ਤੋਂ ਬਾਅਦ ਦੇ ਵਿੱਚ ਪਿਤਾ ਜੀ ਦੋ ਵਾਰ ਫੜੇਗੇ ਫਿਰ ਬਾਅਦ ਚ ਜੀ ਦੋ ਵਾਰ ਫਿਰ ਇੱਕ ਵਾਰ ਪ੍ਰਿਸਾਂ ਲੱਗੀਆਂ ਜੀ ਸ਼ਰਿਆ ਮੇਥੇ ਪ੍ਰੈਸਨ ਸ਼ਾਪਿੰਗ ਹੁੰਦੀਆਂ ਹੀ ਵੇਚਦੀ ਸਰੀਏ ਕੱਢੇ ਗਏ ਲੱਤਾਂ ਦੇ ਜੀ ਨੋ ਖੇਚ ਕੇ ਜਿਹੜੇ ਉਹ ਪਿਤਾ ਜੀ ਦੇ ਸਾਰੇ ਇੱਥੇ ਨੂਨ ਮਿਰਚ ਪਾਏ ਗਏ ਜੀ ਪਰ ਮਤਲਬ ਉਹ ਟਾਈਮ ਦਾ ਜਿਹੜਾ ਤਸ਼ਦਦ ਸੀ ਹਾਂ ਤਸ਼ਦਦ ਤਸ਼ਦਦ ਬਹੁਤ ਜ਼ਿਆਦਾ ਪਰਿਵਾਰ ਨੇ ਚੱਲਿਆ ਹਾਂ ਹਾਂਜੀ ਹਾਂਜੀ ਉਹ ਤੋਂ ਬਾਅਦ ਚ ਆ ਗਈ ਜੀ ਮੇਰੇ ਬ੍ਰਦਰ ਦੀ ਵੱਡੇ ਦੀ ਵਾਰੀ ਜੀ ਉਹ ਵੀ ਪਗੋੜਾ ਹੋ ਗਿਆ ਜੀ ਉਹਦੇ ਵਿੱਚ ਛੱਡੇ ਛੋਡੇ ਕਾਫੀ ਇਨਾ ਪਾੜੇ ਜੀ ਉਹ ਪਗੋੜਾ ਹੋ ਗਿਆ ਉਹ ਤੋਂ ਬਾਅਦ ਦੇ ਵਿੱਚ ਮਾਹੌਲ ਦੇ ਵਿੱਚ ਉਹ ਵੀ ਉਦੋਂ ਸ਼ਹੀਦ ਹੋ ਗਿਆ ਲੁਧੇਣੇ ਉਹਤੇ ਧਿਆਨ ਸ਼ੀਤ ਹੋਇਆ। ਉਦੋਂ ਬਾਅਦ ਦੇ ਵਿੱਚ ਉਦੋਂ ਹੀ ਟਾਈਮ ਦੇ ਵਿੱਚ ਫਿਰ ਸਾਡੀ ਵਾਰੀ ਆ ਗਈ। ਜੀ। ਅਸੀਂ ਘੱਟੋ ਘੱਟ 14-15 16 ਸਾਲ ਦੇ ਹਾਂ। ਜੀ। ਸਾਡੇ 10 ਦੇ ਵੀ ਚੜੇ ਬੀਅਰ ਬੋਟਲ ਖੜਕੇ ਪਾੜੇ ਗਏ। ਜੀ। ਇਹ ਉਮਰ ਦਾ ਵੇਖੋ ਬੱਚਾ ਅਨਬਾਲਗ ਗਿਣਿਆ ਜਾਂਦਾ। ਜੀ। ਪਰ ਇਹ ਪ੍ਰਸ਼ਾਸਨ ਨੇ ਕੋਈ ਉਸ ਟਾਈਮ ਤੇ ਲਿਆਜ ਨਹੀਂ ਕੀਤਾ। ਜੀ। ਇਹਨਾਂ ਵੇਖਿਆ ਨਹੀਂ ਕਿ ਇਹ ਬੱਚੇ ਦੀ ਗਲਤੀ ਹੈ ਜਾਂ ਨਹੀਂ ਗਲਤੀ। ਜੀ। ਮਤਲਬ ਕੌਮ ਪ੍ਰਤੀ ਜਿਹੜਾ ਵਾ ਉਹ ਸਾਡੀ ਜਿਹੜੀ ਨਸਲ ਆ। ਜੀ। ਜਿਹੜਾ ਸਾਡਾ ਬ੍ਰਾਂਡ ਆ। ਜੀ ਉਹ ਪਹਿਲੇ ਦਿਨੋਂ ਕੁਰਬਾਨੀਆਂ ਕਰਦਾ ਆਇਆ ਜੀ ਦੂਜੀ ਗੱਲ ਹੁਣ ਭਾਈ ਸਾਹਿਬ ਦੀ ਆਪਾਂ ਗੱਲ ਕਰੀਏ ਭਾਈ ਸਾਹਿਬ ਅੰਜੀ ਸਿੰਘ ਟੰਡਰਾਂ ਵਾਲੇ ਜਾਂ ਕੋਈ ਹੋਰ ਵੀ ਉਹੀ ਮੈਂ ਤੁਹਾਨੂੰ ਕਹਿਣਾ ਸੀ ਕਿ ਜੋ ਚਲੋ ਇਹ ਤੁਹਾਡਾ ਇਹ ਤਾਂ ਦਰਸ਼ਕੋ ਹੋ ਗਿਆ ਭਾਈ ਸਾਹਿਬ ਨਾਲ ਦਾ ਪਿਛੋਕੜ ਉਹਨਾਂ ਦਾ ਪਰਿਵਾਰ ਤੁਸੀਂ ਵੇਖਿਆ ਕਿ ਪਰਦਾਦਾ ਦਾਦਾ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਵੱਡੇ ਭਰਾਤਾ ਜੀ ਸੋ ਸਾਰੇ ਹੀ ਕੌਮੀ ਸੰਘਰਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ ਕੀਤੀ ਆ ਔਰ ਜੋ ਇਹਨਾਂ ਦੇ ਨਾਲ ਅਸੀਂ ਜਿਹੜਾ ਅੱਜ ਜੋ ਨਵਾਂ ਸਿੰਘ ਸਾਹਿਬਾ ਮੁੱਦਾ ਜਿਹੜਾ ਪਖਤਾਇਆ ਕਿ ਅੱਜ ਜੋ ਰঞ্জੀਤ ਸਿੰਘ ਢੰਡਰੀਆਂ ਵਾਲਾ ਜੋ ਆਈਕਲ ਕਰ ਰਿਹਾ ਆ ਉਹ ਸਾਡੇ ਗੁਰੂ ਸਾਹਿਬਾਨਾਂ ਦੇ ਔਰ ਜੋ ਸਾਡੇ ਗੁਰੂ ਸਾਹਿਬਾਨਾਂ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਜਾਂ ਉਥੇ ਜੋ ਵੀ ਚੀਜ਼ਾਂ ਉਹਨਾਂ ਤੇ ਦਿਨ-ਬਦਨ ਨਵਾਂ ਵਿਵਾਦ ਛੇੜੀ ਜਾ ਰਿਹਾ ਹੈ ਉਹਦੇ ਬਾਰੇ ਤੁਸੀਂ ਥੋੜਾ ਜਿਆਦਾ ਚਾਹਨਾ ਪਾਓ ਕਿ ਤੁਸੀਂ ਇਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੋਗਾ ਬਿਲਕੁਲ ਜੀ ਇਹ ਗੱਲ ਇਸ ਤਰ੍ਹਾਂ ਜੀ ਇਹਦੇ ਨਾਲ ਅਸੀਂ ਜਿਹੜਾ ਢੰਡਰੀਆਂ ਵਾਲਾ ਵਾ ਭਾਈ ਰঞ্জੀਤ ਸਿੰਘ ਢੰਡਰੀਆਂ ਵਾਲੇ ਨਾਲ ਬਹੁਤ ਪਿਆਰ ਕਰਦੇ ਹਾਂ ਜੀ ਇਹ ਨਹੀਂ ਆ ਵੀ ਅੱਜ ਅਸੀਂ ਇਹਨਾਂ ਦੇ ਘਰੇ ਜਿਹੜੀ ਪਹਿਲਾਂ ਛੋਟੇ ਹੁੰਦਿਆ ਹੀ ਇਹ ਸੁਣਦੇ ਆਏ ਇਹ ਸਾਡੇ ਤੋਂ ਛੋਟਾ ਵਾ ਜੀ ਨਿਕਾ ਜੀ ਹੁੰਦਾ ਜੀ ਜਦੋਂ ਇਹ ਕਥਾ ਤੇ ਚੱਲ ਪਿਆ ਜੀ ਤੇ ਇਹਨੂੰ ਸੁਣਦੇ ਆਏ ਆ ਬੜਾ ਸੋਹਣਾ ਇਹ 2 ਕੁ ਸਾਲ ਹੋ ਗਏ ਆ ਜਿੱਥੋਂ ਆਪਣਾ ਟਕਸਾਲ ਵਾਲਾ ਨਾ ਇਹਨਾਂ ਦੀ ਲੜਾਈ ਚੱਲੀ ਜੀ ਉੱਥੋਂ ਫਿਰ ਇਹ ਪਤਾ ਨਹੀਂ ਕਿਹਦੇ ਹੱਥੀ ਚੜ ਗਏ ਭਾਈ ਸਾਹਿਬ ਜਾਂ ਕੀ ਗੱਲਬਾਤ ਹੋ ਗਈ ਉੱਥੋਂ ਫਿਰ ਇਹ ਗੁਰੂ ਘਰਾਂ ਤੇ ਕਿਰੰਤੂ ਪ੍ਰਿੰਤੂ ਕਰਨਾ ਇਹਨਾਂ ਨੇ ਚਾਲੂ ਕਰਤਾ ਚਾਲੂ ਕਰ ਪਹਿਲਾਂ ਭੋਰੇ ਸਾਹਿਬ ਦੇ ਕੀਤਾ ਜੀ ਫੇਰ ਨਾ ਵੇਖੋ ਇਹਨਾਂ ਆਪਣੇ ਤਖਤ ਤੇ ਕਰਤਾ ਜਦੋਂ ਗੱਲ ਕਰਦੇ ਨੇ ਤੁਹਾਡਾ ਤਖਤ ਤੁਹਾਡਾ ਤਖਤ ਕਰਦੇ ਵੇਖੋ ਤੁਸੀਂ ਸਿੱਖ ਨਹੀਂ ਜੀ ਤਖਤ ਤੇ ਜਿਹੜੇ ਆ ਸਾਰੀ ਕੌਮ ਤੇ ਸਾਂਝੇ ਆ ਸਾਰੇ ਸਾਂਝੇ ਬੰਦੇ ਕਈ ਆਏ ਤੇ ਕਈ ਗਏ ਥੇ ਕਈ ਗਏ ਜੀ ਕਈ ਸਿੰਘ ਸਾਹਿਬ ਹੁੰਦੇ ਆ ਕਈ ਬਦਲ ਜਾਂਦੇ ਆ ਜੀ ਮੌਕੇ ਮੌਕੇ ਦੀਆਂ ਜਿਹੜੀਆਂ ਗੱਲਾਂ ਹੁਣ ਤਖਤ ਤੇ ਤੁਹਾਡਾ ਹੋ ਗਿਆ ਤੇ ਤੁਸੀਂ ਆਪਣੇ ਆਪ ਨੂੰ ਕਿਹੜੀ ਕੌਮ ਚ ਗਿੰਦੇ ਜੋ ਪਹਿਲਾ ਸਵਾਲ ਬਿਲਕੁਲ ਵੀ ਜੇ ਤਖਤ ਸਾਡਾ ਹੋ ਗਿਆ ਜੀ ਤੁਸੀਂ ਆਪਣੇ ਆਪ ਨੂੰ ਕਿਹੜੀ ਕੌਮ ਚ ਗਿਣਦੇ ਜੋ ਪਹਿਲੀ ਚੀਜ਼ ਦਾ ਤੇ ਇਸ ਚੀਜ਼ ਦਾ ਸਾਨੂੰ ਜਵਾਬ ਦਿਓ ਜੀ ਦੂਜੀ ਗੱਲ ਸਰੋਵਰ ਤੇ ਕਿਰੰਤੂ ਪ੍ਰਿੰਤੂ ਕੀਤਾ ਗਿਆ ਕੀਤਾ ਗਿਆ ਅੱਜ ਉਹਨਾਂ ਦੇ ਨਮਾਇंदे ਵੀ ਜਿਹੜਾ ਦਰਬਾਰ ਸਾਹਿਬ ਤੇ ਵੀ ਕਿਰੰਤੂ ਪ੍ਰਿੰਤੂ ਕਰ ਰਹੇ ਨੇ ਕਰ ਰਹੇ ਨੇ ਕਿਉਂਕਿ ਜਿਹੇ ਜੀ ਕੋਕੋ ਉਹੋ ਜਿਹੇ ਹੀ ਬੱਚੇ ਬੋਲਣਗੇ ਨਾ ਬਿਲਕੁਲ ਬਿਲਕੁਲ ਵੀ ਜਿਹੇ ਜੀ ਕੋਕੋ ਉਹ ਜਿਹੇ ਬੱਚੇ ਬਿਲਕੁਲ ਹੁਣ ਵੇਖੋ ਜੀ ਇਹ ਵੀਰ ਵੀ ਸਾਡੇ ਸਤਕਾਰ ਚੋਂ ਸਾਡੀ ਕੌਮ ਚੋਂ ਆ ਜੀ ਅਹੀਂ ਇਹਨਾਂ ਨੂੰ ਕੋਈ ਇਹ ਗੱਲ ਕੋਈ ਟਿੱਪਣੀ ਜਾਂ ਕੋਈ ਗੱਲ ਨਹੀਂ ਕਰਨਦੇ। ਜੀ। ਅਹੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਤੇ ਇੰਨੀ ਗੱਲ ਨਾ ਕਰ ਦੇਣਾ। ਜੀ। ਵੀ ਇਹ ਬਾਦਲ ਦੇ ਬੰਦੇ ਆ। ਜੀ ਜੀ। ਜਾਂ ਇਹ ਕਾਂਗਰਸ ਦੇ ਬੰਦੇ ਆ। ਇੱਕ ਹੀ ਬੜੀ ਇਹਨਾਂ ਨੂੰ ਅਟੜੀ ਹੋਈ ਹੈ ਚੀਜ਼। ਜਾਂ ਆਰਐਸਐਸ ਦੇ ਬੰਦੇ ਆ। ਮੇਖ ਕਰਕੇ ਆਪਣਾ ਪਿਛੋਕੜ ਦੱਸਣਾ ਇਹਨਾਂ ਨੂੰ। ਪਹਿਲਾਂ ਲਾਜ਼ਮੀ ਸਮਝਿਆ। ਠੀਕ ਹੈ। ਦੂਜੀ ਗੱਲ। ਵੇਖੋ ਪਹਿਲਾ ਸਾਡਾ ਮੋਰਚਾ ਲੱਗਾ ਬਰਗਾੜੀ। ਜੀ। ਦਾਸ ਖੁਦ ਬਲਾਕ ਸੰਤੀ ਮੈਂਬਰ ਹੀ ਬਾਦਲ ਦਾ। ਜੀ। ਉੱਥੇ ਅਸਤੀਫਾ ਦਿੱਤਾ? ਜੀ। ਸਤੀਫਾ ਦੇ ਕੇ ਬਾਦਲ ਦੇ ਅਸੀਂ ਬਰਖਲਾਫ ਚੱਲੇ ਜੀ ਉਥੋਂ ਸਾਡੀ ਜਥੇਬੰਦੀ ਬਣੀ ਜੀ ਦੂਜੀ ਵਾਰ ਵੇਖੋ ਅਸੀਂ ਕੈਪਟਨ ਨੇ ਜਦੋਂ ਸੌ ਖਾਦੀ ਜੀ ਜਦੋਂ ਕੈਪਟਨ ਨੇ ਸੌ ਖਾਦੀ ਉਦੋਂ ਵੀ ਵੇਖੋ ਅਸੀਂ ਬੋਲੇ ਜੀ ਵੀ ਇਹ ਤੂੰ ਕੌਮ ਨਾਲ ਧੋਖਾ ਕੀਤਾ ਮਤਲਬ ਬਾਦਲਾਂ ਤਾਂ ਵੀ ਅਸੀਂ ਖਿਲਾਫ ਬੋਲੇ ਖੜੇ ਹੋਏ ਜੀ ਕੈਪਟਨ ਤਾਂ ਵੀ ਖਿਲਾਫ ਖੜੇ ਹੋਏ ਸੋ ਸਿੰਘ ਸਾਹਿਬ ਤੁਸੀਂ ਹੀ ਦੱਸਿਆ ਕਿ ਬਾਦਲ ਵੀ ਲੋੜ ਪਈ ਤਾਂ ਤੁਸੀਂ ਬਾਦਲ ਦੀ ਜੋ ਪਾਰਟੀ ਉਹਦੇ ਵਿੱਚ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਔਰ ਤੁਸੀਂ ਸਿੱਖ ਕੌਮ ਲਈ ਖੜੇ ਹੋਏ ਜੇ ਇਸ ਤਰ੍ਹਾਂ ਪਰ ਜੋ ਅੱਜ ਦਾ ਮੈਂ ਜੋ ਤੁਹਾਡਾ ਨਾਲ ਖਾਸ ਸਵਾਲ ਕਰਨਾ ਸੀ ਕਿ ਅੱਜ ਇੱਕ ਖਾਸ ਵਿਸ਼ਾ ਜੋ ਅੱਜ ਬਹੁਤ ਵਾਦ-ਵਾਦ ਚੱਲ ਰਿਹਾ ਹੈ ਰঞ্জੀਤ ਸਿੰਘ ਢੱਡੀਆਂ ਵਾਲੇ ਦਾ ਔਰ ਇਹ ਵਾਦ-ਵਾਦ ਜਿਹੜਾ ਵਾ ਹੋ ਇੰਨਾ ਜਿਆਦਾ ਕੌਮ ਦੇ ਵਿੱਚ 파ਟਕ ਵੀ ਪੈ ਰਿਹਾ ਸਿੱਖ ਕੌਮ ਦੇ ਵਿੱਚ 파ਟਕ ਪੈ ਰਿਹਾ ਲੱਗਦਾ ਹੈ ਕਿ ਇਸ ਤਰ੍ਹਾਂ ਗਾਂ ਆਉਣ ਵਾਲਾ ਸਮਾਜਾ ਹੋਰ ਵੀ ਮਤਲਬ ਮਾੜਾ ਹੋਊਗਾ ਤੇ ਉਹ ਜੋ ਕਹਿ ਰਿਹਾ ਹੈ ਗੁਰੂ ਸਾਹਿਬ ਤੇ ਉਹ ਆਵਾਜ਼ ਵਿਵਾਦ ਕਰਦਾ ਆ ਜਾਂ ਗੁਰੂ ਘਰਾਂ ਦੇ ਉੱਤੇ ਆਵਾਜ਼ ਵਿਵਾਦ ਕਰਦਾ ਆ ਸਰੋਵਰ ਤੇ ਆਵਾਜ਼ ਵਿਵਾਦ ਕਰਦਾ ਆ ਤੁਹਾਡਾ ਇਤੇ ਪ੍ਰਤੀਕਰਮ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਪਹਿਲਾਂ ਤੇ ਜੋ ਮਰਜ਼ੀ ਇਸ ਬੰਦੇ ਨੇ ਪ੍ਰਚਾਰ ਕੀਤਾ ਗੋਮ ਨੂੰ ਕੋਈ ਪ੍ਰੋਬਲਮ ਨਹੀਂ ਜੀ ਕਿਉਂਕਿ ਸਹੀ ਕਰਦੇ ਸੀ ਜੀ ਗ੍ਰੰਥ ਦੇ ਤੇ ਪੰਥ ਦੇ ਹੱਕ 'ਚ ਕਰਦੇ ਸੀ ਇਹ ਜੀ ਛੋਟੇ ਹੁੰਦੇ ਹੀ ਇਥੋਂ ਹੀ ਇਹਨਾਂ ਦੀ ਜਿਹੜੀ ਇਹ ਗ੍ਰੰਥ ਤੋਂ ਪੰਥ ਤੋਂ ਹੀ ਇਹਨਾਂ ਦੀ ਮਸ਼ਹੂਰੀ ਹੋਈ ਤੇ ਅੱਜ ਇੰਨੀ ਜਿਹੜੀ ਸੰਗਤ ਇਹਨਾਂ ਦੇ ਮਗਰਿਆ ਜੀ ਫਿਰ ਦੂਜੀ ਗੱਲ बार-बार ਇਹੀ ਗੱਲ ਕਰਦੇ ਆ ਕਿ ਸਾਰੇ ਵਕਾਊ ਜੀ ਸਾਰੇ ਜਿੰਨੇ ਵੀ ਜਥੇਬੰਦੀਆਂ ਸਾਰੀਆਂ ਵਕਾਊ ਕੋਈ ਬਾਦਲ ਦਾ ਵਕਾਊ ਕੋਈ ਕੈਪਟਨ ਦਾ ਵਕਾਊ ਕੋਈ ਆਰਐਸਐਸ ਦਾ ਵਕਾਊ ਕੋਈ ਕਿਸੇ ਦਾ ਵਕਾਊ ਕੀ ਸਾਰੀ ਕੌਮ ਵਕਾਊ ਤੇ ਤੂੰ ਕੱਲਾ ਹੀ ਜਿਹੜਾ ਇੱਕ ਸਿੰਘ ਜਿਹੜਾ ਵਾ ਉਹ ਆਪਣਾ ਬਿਲਕੁਲ ਸਹੀ ਹੋ ਗਿਆ ਬਾਕੀ ਸਾਰੀ ਕੌਮ ਜਿੰਨੇ ਕੁਰਬਾਨੀਆਂ ਕੌਮ ਵਾਸਤੇ ਪਹਿਲਾਂ ਵੀ ਦੇਸ਼ ਵਾਸਤੇ ਦਿੱਤੀਆਂ ਜਿੰਨਾ ਬੰਦਿਆਂ ਨੇ ਹਰਮਨ ਸਿੰਘ ਦਾ ਵੀ ਲਾਲ ਗਏ ਜਾਂ ਹੋਰ ਵੀ ਬੜੇ ਆਗੂ ਜਿਹੜੇ ਇਦਾਂ ਤੇ ਜਿੰਨਾ ਕੁਰਬਾਨੀਆਂ ਕੌਮ ਵਾਸਤੇ ਪਰਿਵਾਰਾਂ ਦੀਆਂ ਬੜੀਆਂ ਹੋਈਆਂ ਜੀ ਕੀ ਤੁਸੀਂ ਵੀ ਕੋਈ ਆਪਣੀ ਕੁਰਬਾਨੀ ਕੋਈ ਪਰਿਵਾਰ ਦੀ ਦੱਸੋ ਜਿਹੜੀ ਕੌਮ ਪ੍ਰਤੀ ਜਾਂ ਦੇਸ਼ ਪ੍ਰਤੀ ਜਿਹੜੀ ਤੁਸੀਂ ਦਿੱਤੀ ਆ ਕੋਈ ਸਾਨੂੰ ਵੀ ਦੱਸਿਆ ਜਾਵੇ ਕਿ ਆ ਆ ਸਾਡੀ ਦੇਣੇ ਕੌਮ ਨੂੰ ਜੀ ਇਹ ਅੱਜ ਤੱਕ ਜੇ ਤੁਸੀਂ ਸਟੇਜ ਲਾਏ ਜਾਂ ਕੌਮ ਪ੍ਰਤੀ ਕੋਈ ਵੀ ਪ੍ਰਚਾਰ ਕੀਤਾ ਤਾਂ ਕੌਮ ਨੇ ਤੁਹਾਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਲੈ ਗਈ ਲੈ ਗਈ ਦੂਜੇ ਤੁਸੀਂ ਬਾਬਿਆਂ ਦੀਆਂ ਗੱਡੀਆਂ ਦੀ ਗੱਲ ਕਰਦੇ ਕੀ ਤੁਹਾਡੀਆਂ ਜਿਹੜੀਆਂ ਰਾਮ ਰਹੀਮ ਵਾਂਗੂ 4 4 5 5 ਗੱਡੀਆਂ ਇੱਕੋ ਜੀਆਂ ਨਹੀਂ ਚੱਲਣ ਲੱਗੀਆਂ ਚੱਲਦੀਆਂ ਜੀ ਕੀ ਤੁਹਾਡਾ ਜਿਹੜਾ ਵਾ ਪਿੱਛੇ ਜਿਹੜੀ ਗਾਰ ਤੇ ਆ ਜਾਂ ਅੱਗੇ ਗਾਰ ਤੇ ਜਿਹੜੀ ਫੌਜ ਹੈ ਨਹੀਂ ਹੁੰਦੀ ਜੀ ਆਪਾਂ ਕਰਿੰਤੂ ਤਾਂ ਤਾਂ ਦੂਸਰੇ ਤੇ ਕਰੀਏ ਨਾ ਵੀ ਜੇ ਆਪਾਂ ਖੁਦ ਸਹੀ ਹੋਈਏ ਹੁਣ ਦਾਸ ਹੁਣੀਆਂ ਸਾਡੇ ਜਥੇਬੰਦੀ ਜਥਾ ਸਲਤ ਖਾਲਸਾ ਜੀ ਕਿਤੇ ਵੀ ਖੜਦੇ ਆਂ ਅਸੀਂ ਕੱਲੇ ਖੜਦੇ ਆਂ ਜੀ ਕੋਈ ਵੀ ਸਮਾਗਮ ਕਰਦੇ ਆਂ ਰਾਤ 12:00 ਬਾਰੇ ਵੀ ਕਰਕੇ ਆਈਦਾ ਕੋਈ ਡਰ ਭੈ ਨਹੀਂ ਕਿਸਦਾ ਵੀ ਮਤਲਬ ਗੁਰੂ ਪ੍ਰਤੀ ਜਿਹੜਾ ਵਾ ਪਿਆਰ ਸਤਿਕਾਰ ਸਾਡਾ ਚਾਹੀਦਾ ਵਾ ਹੁਣ ਤੁਸੀਂ ਕਰਨ ਲੱਪੇ ਜੋ ਗ੍ਰੰਥ ਤੇ ਤੇ ਪੰਥ ਤੇ ਜੀ ਤੇ ਤਖਤ ਤੇ ਕਰਿੰਤੂ ਬਰਿੰਤੂ ਜੀ ਹੁਣ ਵੇਖੋ ਜੀ ਪਹਿਲੀ ਗੱਲ ਤੇ ਇਹ ਆ ਵੀ ਜੇ ਤੁਹਾਡਾ ਕੋਈ ਦੋ ਜਾਣਿਆ ਦੋ ਜਥੇਬੰਦੀਆਂ ਦਾ ਕੋਈ ਟੁਕਰਾਰ ਆ ਜਾਂ ਕੋਈ ਵੀ ਲੜਾਈ ਆ ਜਾਂ ਕੋਈ ਵੀ ਮਸਲਾਵਾ ਜਾਂ ਮਤ ਪੈ ਵਿਆ ਜੀ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਜਿੱਥੋਂ ਓਖੜੇ ਜੀ ਭਾਈ ਸਾਹਿਬ ਜਿੱਥੋਂ ਓਖੜੇ ਜੀ ਜੀ ਮੈਂ ਉਥੋਂ ਦੀ ਗੱਲ ਕਰ ਰਿਹਾ ਸ਼ਬੀਲ ਦੀ ਗੱਲ ਕਰਨ ਦੀ ਜੇ ਸਭ ਤੋਂ ਪਹਿਲਾਂ ਦੀ ਹਾਂ ਸ਼ਬੀਲ ਜੀ ਜੀ ਜਿੱਥੋਂ ਓਖੜੇ ਪਹਿਲਾਂ ਪੰਥ ਗ੍ਰੰਥ ਦੇ ਬਿਲਕੁਲ ਹੱਕ ਦੇ ਵਿੱਚ ਜੀ ਬਾਅਦ ਦੇ ਵਿੱਚ ਪਤਾ ਨਹੀਂ ਕਿਹੜੇ ਬੰਦਿਆਂ ਦੇ ਹੱਥੀ ਚੜ ਗਏ ਜੀ ਕੋਈ ਖੋਫੀਆ ਏਜੰਸੀਆਂ ਦੇ ਹੱਥੀ ਚੜ ਗਏ ਗ੍ਰੰਥ ਪੰਥ ਨੂੰ ਤੇ ਦਸਮ ਗ੍ਰੰਥ ਨੂੰ ਜਿਹੜਾ ਵਾ ਇਹਨਾਂ ਟਾਰਗੇਟ ਕਰਨਾ ਚਾਲੂ ਕਰਤਾ ਹੁਣ ਵੇਖੋ ਇੰਨਾ ਚਿਰ ਕੌਮ ਅਸੀਂ ਖੁਦ ਸੁਣਦੇ ਰਹੇ ਨੂੰ ਨਿੱਕੇ ਹੁੰਦੇ ਨੂੰ ਸੁਣਦੇ ਰਹਿਆ ਇਹ ਅੱਜ ਨਿੱਕਾ ਹੁੰਦਾ ਅਸੀਂ ਸੁਣਦੇ ਰਹਿਆ ਨੂੰ ਪਰ ਇਹ ਸਾਡੇ ਤੋਂ ਨਿੱਕਾ ਜੀ ਅੱਜ ਆ ਕੇ ਆਪਦੇ ਵੱਡਿਆਂ ਨੂੰ ਸਵਾਲ ਕਰੇ ਨਿੱਕਾ ਬਚਾ ਜੀ ਜੀ ਤੇ ਕੀ ਉਹ ਸਵਾਲ ਬਣਦੇ ਜੀ ਬਿਲਕੁਲ ਨਹੀਂ ਬਣਦੀ ਜਿਹੜੀ ਮੇਰੀ ਸੋਚ ਆ ਕਿਉਂਕਿ ਇਹਦਾ ਜੇ ਕੋਈ ਵਿਵਾਦ ਆ ਤੂੰ ਸਟੇਜਾਂ ਦੇ ਚੜ ਕੇ ਜਾਂ ਤੂੰ ਮੀਡੀਆ ਦੇ ਵਿੱਚ ਬਿਆਨ ਦੇ ਰਿਆਂ ਕੋਈ ਆਪਣੀ ਕੌਮ ਦਾ ਮਸਲਾ ਆਪਣੇ ਪਰਿਵਾਰਕ ਮਸਲਾ ਜੀ ਕੋਈ ਤੇਰੇ ਮਨ ਦੇ ਵਿੱਚ ਕੋਈ ਇਹੋ ਜੀ ਚੀਜ਼ ਕਹਿੰਨੇ ਭਰਤੀ ਆ ਤੇ ਤੁਸੀਂ ਜਦੋਂ ਕਿੰਨੀ ਵਾਰ ਸੱਦਾ ਦਿੱਤਾ ਗਿਆ ਅਕਾਲ ਤੱਕ ਤੋਂ ਵੀ ਹਰ ਜਿਹੜਾ ਕੌਮ ਦਾ ਨੁਮਾਇੰਦਾ ਵਾ ਵੇਖੋ ਵੀਡੀਓ ਤੁਸੀਂ ਕੱਲ ਪਰਸੁੱਦੀਆਂ ਦੇਖ ਰਹੇ ਜੋ ਹਰ ਨੁਮਾਇੰਦਾ ਜਿਹੜਾ ਕੌਮ ਦਾ ਕਹਿ ਰਿਹਾ ਵੀ ਕੋਈ ਨਹੀਂ ਤੂੰ ਸਾਡੇ ਨਾਲ ਬੈਠ ਜਾ ਜੀ ਜੇ ਤੂੰ ਮੰਨ ਲਾ ਵੀ ਤਖਤ ਨੂੰ ਨਹੀਂ ਮੰਨਦਾ ਬਿਲਕੁਲ ਪਹਿਲੀ ਗੱਲ ਤੇ ਇਹ ਗੱਲ ਹੀ ਗਲਤ ਬਣਦੀ ਹੈ ਜਿੱਥੋਂ ਕਹਿੰਦਾ ਵੀ ਤੁਹਾਡਾ ਤਖਤ ਮੈਂ ਤਖਤ ਨੂੰ ਨਹੀਂ ਮੰਨਦਾ ਜੀ ਇੱਥੋਂ ਇਹ ਸਿੱਖ ਹੋਣ ਦਾ ਜਿਹੜਾ ਵਾ ਯਾਨੀ ਕਿ ਉਹ ਤੁਹਾਡਾ ਕਹਿਣ ਉਹ ਗੁਰੂ ਗ੍ਰੰਥ ਸਾਹਿਬ ਦੀ ਤੇ ਹਮੇਸ਼ਾ ਗੱਲ ਕਰਦਾ ਆ ਬਿਲਕੁਲ ਜੀ ਤੇ ਜਦੋਂ ਗੱਲ ਕਰਨ ਲੱਗਾ ਆਪਣੇ ਆਪ ਨੂੰ ਅਲੱਗ ਕਰ ਲੈਂਦਾ ਹੈ ਤੁਹਾਡਾ ਤਖਤ ਤੁਹਾਡਾ ਜੇ ਸਭ ਕੁਝ ਬਿਲਕੁਲ ਜੀ ਬਿਲਕੁਲ ਤਾਂ ਜੋ ਜਿਹੜਾ ਅਸਲ ਫਿਰ ਜਿਹੜਾ ਸਿੱਖ ਹੁੰਦਾ ਹੈ ਉਹ ਸਿੱਖ ਫਿਰ ਕਿੰਨੂੰ ਕਹਿੰਦੇ ਆ ਯਾਨੀ ਕਿ ਉਹ ਸਿੱਖਾਂ 'ਚ ਨਹੀਂ ਆਉਂਦਾ ਹੋਊਗਾ ਇਹ ਫਿਰ ਜੀ ਸਿੱਖ ਢੱਡਰੀ ਬਿਲਕੁਲ ਜੀ ਬਿਲਕੁਲ ਕਿਉਂਕਿ ਉਹ ਗੁਰੂ ਜੀ ਸਾਹਿਬ ਗੱਲ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੋ ਜੋ ਵਿਸ਼ਵਾਸ ਕਰਦਾ ਆ ਤੇ ਗੁਰੂ ਸਾਹਿਬ ਦੇ ਸਿਧਾਂਤਾਂ 'ਤੇ ਚੱਲਦਾ ਆ ਬਿਲਕੁਲ ਜੀ ਬਿਲਕੁਲ ਤਾਂ ਫਿਰ ਉਹਦੇ ਬਾਰੇ ਤੁਸੀਂ ਕੀ ਕਹੋਗੇ ਫਿਰ ਉਹਨੂੰ ਸਿੱਧਾ ਤੁਸੀਂ ਅਗਰ ਜੇ ਆਪਾਂ ਛੋਟੇ ਛੋਟੀ ਗੱਲ ਦੇ ਵਿੱਚ ਰਣਜੀਤ ਸਿੰਘ ਟਾਡੀ ਨੇ ਸਿੱਧੀ ਗੱਲ ਕਹਿੰਦੇ ਤਾਂ ਕੀ ਕਹੋਗੇ ਸਿੱਧੀ ਗੱਲ ਤੇ ਇਹੀ ਕਹਾਂਗੇ ਵੀ ਤੁਸੀਂ ਆਪਣਾ ਕਿਸੇ ਨਾਲ ਵੀ ਕੌਮ ਦੇ ਮੈਂਦੇ ਨਾਲ ਤੁਸੀਂ ਬੈਠ ਸਕਦੇ ਜੋ ਜੀ ਜੇ ਮਨ ਦੇ ਵਿੱਚ ਕੋਈ ਵਿਵਾਦ ਹੈ ਜਾਂ ਕੋਈ ਵੀ ਗੱਲਬਾਤ ਆ ਆਪਾਂ ਇਹੋ ਜਿਹਾ ਕੰਮ ਨਾ ਕੋਈ ਕਰ ਜੀਏ ਕਿ ਜਿਹੜਾ ਸਾਰੀ ਉਮਰ ਕਲੰਕ ਲੱਗ ਜੇ ਮੱਥੇ ਤੇ ਜੀ ਤੇ ਕੌਮ ਪ੍ਰਤੀ ਆਪਾਂ ਭਰਾਵਾਂ ਭਰਾਵਾਂ ਨੂੰ ਲੜਾ ਕੇ ਇੱਕ ਬੰਦਾ ਆਪਾਂ ਉੱਠੀਏ ਜਾਂ ਦੋ ਬੰਦੇ ਉੱਠੀਏ ਤੇ ਸਾਰੀ ਕੌਮ ਦੇ ਨੌਜਵਾਨ ਇਸ ਖਤਮ ਕਰਦੀ ਆਪਾਂ ਇੱਕ ਸਕਿੰਟ ਦੇ ਵਿੱਚ ਕਿਉਂਕਿ ਜੇ ਇਧਰੇ ਜੁੜੇ ਆ ਤੇ ਇਧਰ ਵੀ ਕੌਮ ਦੇ ਨਾਲ ਬਹੁਤ ਹੀ ਗੁਰੂ ਪ੍ਰਤੀ ਪਿਆਰ ਰੱਖਦੇ ਆ ਸਿੰਘ ਵੀ ਜੇ ਤੇਰੇ ਮਰਨ ਤੱਕ ਤਿਆਰ ਹਨ ਤੇ ਇਧਰ ਸਿਰ ਲੱਥਿਆਂ ਤੱਕ ਵੀ ਲੜਨ ਤੱਕ ਤਿਆਰ ਆ ਦੂਜੀ ਗੱਲ ਜਿਹੜੀ ਕ੍ਰਿੰਤੂ ਉਪਰਿੰਤੂ ਬਾਰ ਬਾਰ ਕਰਦੇ ਆ ਇਹਨਾਂ ਬੰਦਿਆਂ ਨੂੰ ਮੈਂ ਜਵਾਬ ਦੇਣਾ ਚਾਹੁੰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਾਂ ਚਰਖੜੀਆਂ ਤੇ ਚੜੇ ਜਾਂ ਨਹੀਂ ਚੜੇ ਜੀ ਇਹਨਾਂ ਨੂੰ ਮੈਂ ਹੁਣ ਮੌਕੇ ਦੀ ਆਪਣੀ ਅੱਖੀ ਵੇਖੀ ਕਹਾਣੀ ਇਹਨਾਂ ਨੂੰ ਮੈਂ ਦੱਸਦਾ ਵੀ ਚੜ ਸਕਦੇ ਜਾਂ ਨਹੀਂ ਚੜ ਸਕਦੇ ਜੀ ਸਾਡੇ ਉਹਨਾਂ ਦੇ ਵੇਖੋ ਸਰੀਏ ਵੇ ਦੀ ਲੱਤਾਂ ਦੇ ਨਗਾਏ ਗਏ ਉਹਨਾਂ ਦੀਆਂ ਪ੍ਰਿਸਾਂ ਲਾਈਆਂ ਗਈਆਂ ਜੀ ਉਹਨਾਂ ਦੀਆਂ ਨਲਾਂ ਦੇ ਵਿੱਚ ਬਾਜ ਪਾ ਕੇ ਕਰੰਟ ਲਾਏਗੇ ਦਿਮਾਗ ਨੂੰ ਕਰੰਟ ਲਾਏਗੇ ਕੀ ਉਹ ਘਟਿਆ ਬਹੁਤ ਅਸ਼ਚਰਜ ਇਹ ਗੱਲ ਸੋਚੋ ਜੀ ਫਿਰ ਵੇਖੋ ਇਹ ਕਈ ਸਿੰਘ ਮੈਂ ਇਹਦੇ ਦਿਖਾਦਾਗਾ ਜਿਨ੍ਹਾਂ ਨੂੰ ਦੇਗ ਦੇ ਵਿੱਚ ਬਾਲ ਕੇ ਸ਼ਹੀਦ ਕੀਤਾ ਗਿਆ ਜੀ ਕਈ ਸਿੰਘ ਮੈਂ ਤੁਹਾਨੂੰ ਇਦਾਂ ਦੇ ਤੁਹਾਨੂੰ ਕੋਈ ਵੀ ਬੰਦਾ ਦਾਸ ਨਾਲ ਸੰਪਰਕ ਕਰ ਲੋ ਕਿ ਬੰਦੇ ਨੂੰ ਕਿੰਤੂ ਬ੍ਰਿੰਤੂ ਇਹ ਚੀਜ਼ ਤਾਂ ਹੋਵੇ ਵੀ ਉਦੋਂ ਸਿੰਘ ਨਹੀਂ ਅਦਾ ਚੀਜ਼ ਹੋਏ ਤੇ ਦਾਸ ਇਸ ਚੀਜ਼ ਦਾ ਜਵਾਬ ਦੇਣ ਲਈ ਤਿਆਰ ਆ। ਵੇਖੋ ਦੂਜੀ ਗੱਲ ਗੱਡੀ ਦੇ ਮਗਰ ਪਾ ਕੇ ਜੀ ਸਿੰਘਾਂ ਨੂੰ ਇੱਕ ਲੱਤ ਤੋਂ ਉਣੂ ਪਾੜਿਆ ਗਿਆ ਕੀ ਉਹ ਆਰੇ ਵਾਲਾ ਸਾਹਿਬ ਨਹੀਂ ਜੀ ਇੱਕ ਲੱਤ ਇਧਰੋਂ ਖਿੱਚੀ ਗਈ ਕਿ ਇਧਰੋਂ ਖਿੱਚੀ ਗਈ ਆਪਣੇ ਕਹਿਣ ਦਾ ਮਤਲਬ ਹੈ ਕਿ ਇਹਦਾ ਬਹੁਤ ਲੰਮੀ ਗੱਲ ਨਹੀਂ ਢੱਡੀਆਂ ਵਾਲਾ ਦੋ ਤਕਰੀਬਨ ਉਹਦੀ ਹੋਸ਼ਮਹਲੀ ਇਹ ਤਾਂ ਹੋਸ਼ਮਹਲ ਦੀਆਂ ਗੱਲਾਂ ਜਿਹੜੀਆਂ 100 ਰੋਜ਼ ਹੀ ਕਿਤਾਬਾਂ 'ਚ ਵੀ ਪੜ੍ਹ ਰਹੇ ਆਂ ਔਰ ਹਰ ਬੰਦੇ ਦੀ ਜ਼ੁਬਾਨ 'ਤੇ ਹੈਗੀਆਂ ਕਿ ਤਸ਼ੱਦਦਤਾ ਦਾ ਖੁਦ ਉਹਨੇ ਵੇਖਿਆ ਹੀ ਹੋਗਾ ਤੇ ਯਾਨੀ ਕਿ ਸੋ ਦਰਸ਼ਕੋ ਮੈਂ ਤੁਹਾਨੂੰ ਇੱਕ ਗੱਲ ਕਰਨ ਲੱਗਾ ਛੋਟੀ ਗੱਲ ਕਰਕੇ ਫਿਰ ਮੈਂ ਮਸਮਾਪਤੀ ਕਰਦਣੀ ਆ ਕਿ ਜੋ ਬਾਈ ਦਿਲਬਖ ਸਿੰਘ ਜਿਥੇ ਸਿਰਲਤ ਖਾਲਸਾ ਨੇ ਕਹੀ ਆ ਉਹਨਾਂ ਦੀ ਗੱਲਾਂ ਢੜਰੀ ਵਾਲੇ ਨੂੰ ਸੁਣਨੇ ਚਾਹੀਦੀਆਂ ਇੱਕ ਦਲੀਲ ਨਾਲ ਬੈ ਕੇ ਉਹ ਗੱਲਬਾਤ ਨੂੰ ਖਤਮ ਕਰ ਸਕਦੇ ਆ ਸੋ ਜਿਹੜੀ ਉਹਨਾਂ ਨੇ ਗੱਲ ਕਹੀ ਆ ਪਈ ਉਹ ਫਲਾਣੇ ਗੱਲ ਤੋਂ ਹਰਕ ਨੂੰ ਕਹਿੰਦੇ ਆ ਕਿ ਤੁਸੀਂ ਵੇਖਿਆ ਤੁਸੀਂ ਫਲਾਣੇ ਨੂੰ ਤੁਸੀਂ ਵੇਖਿਆ ਤੇ ਮੈਂ ਛੋਟੀ ਜਿਹੀ ਇੱਕ ਦੌਰਨ ਦੱਸਦਾ ਕਿ ਇੱਕ ਤੁਹਾਨੂੰ ਮੈਂ ਇੱਕ ਫੌਜੀ ਦੀ ਰਿਐਲਿਟੀ ਗੱਲ ਸੀ ਉਹ ਮੈਂ ਦਸੀ ਕਿ ਉਹ ਫੌਜ ਫੌਜੀ ਨੂੰ ਕਿਤੇ ਇੱਕ ਉਹਨਾਂ ਜਿਹੜਾ ਸੀ ਅਫਸਰ ਸੀ ਉਹ ਕਹਿਣ ਲੱਗਾ ਵੀ ਤੁਹਾਡੇ ਗੁਰੂ ਸਾਹਿਬ ਕਿਤੇ ਲੱਗਦਾ ਮੈਨੂੰ ਵੀ ਇਹ ਐਵੇਂ ਆ ਉਹ ਉਹ ਨੋਹਾਂ ਤੇ ਬੈਠੇ ਨਹੀਂ ਆ ਤੱਤਿਆਂ ਤਵਿਆਂ ਦੇ ਬੈਠੇ ਨਹੀਂ ਜਦੋਂ ਆਪਣੇ ਆਰਮੀ ਨਾਲ ਉਹ ਗੱਲਬਾਤ ਕਰ ਰਹੇ ਸੀ ਉਹ ਫੌਜੀ ਸਿੰਘ ਕਰ ਰਹੇ ਸਰਦਾਰ ਜਿਹੜੇ ਮੁੰਡੇ ਸੀ ਉਹ ਗੱਲਬਾਤ ਕਰ ਰਹੇ ਸੀ ਉਹ ਤਕਰੀਬਨ ਉਹ ਉੱਥੇ ਸੀ ਜਿੱਥੇ ਉਹਨਾਂ ਦੀ ਰੋਟੀ ਪਣੀ ਪਕਦਾ ਮੈਸ ਦੇ ਵਿੱਚ ਸੀ ਤੋ ਫੌਜੀ ਨੇ ਕੀ ਕੀਤਾ ਕਿ ਉਹ ਫੌਜੀ ਨੇ ਉਸ ਲੋਕ ਕੀ ਕੀਤਾ ਉਹਦੇ ਮਹਾਰਾਜ ਅਫਸਰ ਤੁਸੀਂ ਉਹਨਾਂ ਦੀ ਗੱਲ ਕੰਢੇ ਨਾ ਤੇ ਲਓ ਇੱਕ ਮਿੰਟ ਚ ਇਹ ਤਾਂ ਉਹ ਭੱਜ ਕੇ ਜਾ ਕੇ ਫੌਜੀ ਉਹ ਜਾ ਕੇ ਉਹ ਆਪਣੀ ਉਹ ਲੋਹ ਦੇ ਉੱਪਰ ਬੈਠ ਗਿਆ ਤੋ ਜਿੰਨਾ ਚਿਰ ਉਹ ਜਿੰਨਾ ਚਿਰ ਉਹਨੂੰ ਆਪ ਅਫਸਰ ਨੇ ਠਾਇਆ ਨਹੀਂ ਉਹਨਾਂ ਚਿਰ ਬੈਠਾ ਰਿਹਾ ਸੋ ਕਈ ਗੱਲਾਂ ਜਿਹੜੀਆਂ ਆ ਢੱਡੀਆਂ ਵਾਲੇ ਨੂੰ ਇਹ ਜਿਹੜੀਆਂ ਗੱਲਾਂ ਇਹ ਵੇਖੋ ਸ਼ੰਕੇ ਪੈਦਾ ਕਰਦਾ ਆ ਇਹ ਵਾਕਿਆ ਹੀ ਗੱਲਾਂ ਕਿ ਅਗਰ ਉਹ ਸਿੱਖ ਹੋ ਕੇ ਸਿੱਖਾਂ ਦੀ ਕਥਾ ਕਰਦਾ ਤਾਂ ਉਹ ਸਿੱਖਾਂ ਦੀ ਹੀ ਮੁਖਾਲਫਤ ਕਰਦਾ ਆ ਤੇ ਕਿਉਂ ਕਰਦਾ ਆ ਇਹਦੇ ਪਿਛੇ ਕਾਰਨ ਕੀ ਹਨ ਇਹ ਬਹੁਤ ਜਾਣ ਦੀ ਜ਼ਰੂਰਤ ਆ ਔਰ ਸਾਨੂੰ ਇਹ ਸਾਰਿਆਂ ਨੂੰ ਮਿਲ ਬੈ ਕੇ ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਕਿ ਉਹ ਕਾਲ ਤੱਕ ਤੇ ਆ ਸਕਦੇ ਆ ਉਹਨਾਂ ਦਾ ਉਹੀ ਬਰਾਬਰ ਸਾਰਿਆਂ ਦਾ ਅਧਿਕਾਰ ਆ ਤੁਸੀਂ ਵੀ ਉੱਥੇ ਆਓ ਕੋਈ ਆਖਰੀ ਮੈਸੇਜ ਤੁਸੀਂ ਜਾਣ ਲੱਗਿਆ ਕੋ ਜੀ ਹਾਂਜੀ ਇੱਥੇ ਤੇ ਵੇਖੋ ਜੀ ਜਿੰਨਾ ਆਪਣੀ ਕੌਮ ਦਾ ਕਿੰਨਾ ਘਾਣ ਕੀਤਾ ਜੀ ਸਾਡੇ ਗੁਰੂ ਦੇ ਸੰਧਾਨ ਤੇ ਆ ਵੀ ਕੋਈ ਵੀ ਝੁੱਕ ਕੇ ਆ ਜਾਂਦਾ ਜੀ ਤੇ ਉਹ ਬੰਦਾ ਬਖਸ਼ਿਆ ਜਾਵੇ ਜੀ ਇੱਥੇ ਬਖਸ਼ਿਆ ਜਾਂਦਾ ਵਾ ਜੀ ਕੌਮ ਪ੍ਰਤੀ ਪਿਆਰ ਇਹਦਾ ਉਹੀ ਰਹਿ ਜੂ ਜੀ ਵੀ ਜਿਹੜਾ ਸੰਗਤ ਅੱਜ ਇਹਦੇ ਨਾਲੋਂ ਟੁੱਟ ਰਹੀ ਆ ਜਾਂ ਕੁਝ ਵੀ ਗੱਲ ਹੋ ਰਹੀ ਆ ਤੇ ਅੱਜ ਉਹ ਸੰਗਤ ਜਿਹੜੀ ਆ ਇਹਦੇ ਨਾਲ ਹੀ ਕੈਮਰੇ ਜੇਗੀ ਜਿਹੜੀ ਅੱਜ ਇਹਨਾਂ ਤੇ ਕਰੰਤੂ ਪ੍ਰੰਤੂ ਇਹ ਕਰਕੇ ਕਰ ਰਹੀ ਹੈ ਕਿਉਂਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ ਗੁਰ ਕੀ ਨਿੰਦਾ ਸੁਣ ਨਾ ਹਾਂ ਸੁਣ ਨਾ ਕਾਨ ਇਹ ਕਰਕੇ ਜਿਹੜੀ ਗੱਲ ਆ ਨਾ ਇਹ ਗੁਰੂ ਕਰਕੇ ਹੀ ਸੰਗਤ ਸਾਰੀ ਜਨ ਜਥੇਬੰਦੀਆਂ ਉੱਠ ਕੇ ਖੜੀਆਂ ਹੋ ਗਈਆਂ ਤੇ ਇਸ ਬੰਦੇ ਨੂੰ ਚਾਹੀਦਾ ਤਖਤ ਦੇ ਆ ਕੇ ਮਾਫੀ ਮੰਗੇ ਤੇ ਸਿੰਘਾਂ ਦੇ ਵਿੱਚ ਬਹਿ ਕੇ ਜੇ ਨਹੀਂ ਇਹ ਤਖਤ ਨੂੰ ਆਪਣੇ ਆਪ ਨੂੰ ਮੰਨਦਾ ਬਿਲਕੁਲ ਤਾਂ ਗੱਲ ਬੜੀ ਸ਼ਰਮ ਵਾਲੀ ਐ ਇੰਨੀ ਗੱਲ ਕਹਿੰਦੇ ਆਂ ਵੀ ਇਹ ਤਖਤ ਨੂੰ ਨਹੀਂ ਮੰਨਦਾ ਜਾਂ ਤੁਹਾਡਾ ਤਖਤ ਬੜੀ ਸ਼ਰਮ ਆਉਦੀ ਐ ਇਸ ਗੱਲ ਦੀ ਵੀ ਸਿੱਖ ਹੋ ਕੇ ਉਹੋ ਗੁਰੂ ਦੀ ਰੋਟੀ ਖਾ ਕੇ ਉਹ ਗੁਰੂ ਦੇ ਸਿਰ ਤੇ ਤੂੰ ਇੱਥੇ ਖੜ ਗਿਆ ਜੀ ਜੀ ਤੇ ਅੱਜ ਤੂੰ ਉਹਨੂੰ ਹੀ ਗ੍ਰੰਥ ਪੰਥ ਨੂੰ ਤੂੰ ਬਗਾਨਾ ਕਹਿਣ ਲੱਪਿਆ ਪਰ ਗੱਲ ਕੋਈ ਜਮੇ ਦੇ ਵਿੱਚ ਆਪਾਂ ਇਹ ਗੱਲ ਕਰਦੇ ਆ ਕਿ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦਾ ਮਹਾਵਾਕਿਆ ਕਿ ਗੁਰਮਖ ਨਿੰਦਾ ਕਦੇ ਨਾਲ ਹੋਰੇ ਸੋ ਟਡਰੀਆਂ ਵਾਲੇ ਜੇ ਅਗਰ ਤੁਸੀਂ ਸਿੱਖ ਜੇ ਤੇ ਤੁਸੀਂ ਖੁਦ ਹੀ ਉਹ ਕੰਮ ਕਰਦੇ ਜੋ ਗੁਰਬਾਣੀ ਦੇ ਵਿੱਚ ਤੁਸੀਂ ਉਹਨਾਂ ਦੀ ਮੁਖਾਲਫਾ ਕਰਦੇ ਜੇ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਗੁਰਮਖ ਉਹ ਕਦੀ ਨਿੰਦਾ ਨਹੀਂ ਕਰਦੇ ਤੁਸੀਂ ਖੁਦ ਹੀ ਨਿੰਦਾ ਕਰਦੇ ਹੋ ਕੀ ਤੁਸੀਂ ਸਿੱਖ ਹੋ ਜਾਂ ਨਹੀਂ ਸਿੱਖ ਇਹ ਬਵਾਦ ਬਵਾਦ ਜਿਹੜਾ ਇਹ ਦੁਨੀਆ ਦੇ ਵਿੱਚ ਬਹੁਤ ਸ਼ੰਕੇ ਪੈਦਾ ਕਰਦੇ ਰਹਿਣਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ